ਇੱਜ਼ਤ ਨੂੰ ਰਾਮੀ ਨੇ ਲੁੱਟੀ ਹੈ। ਥਾਣੇ ਅਸੀਂ ਦਰਖਾਸ਼ਤਾਂ ਦਿੱਤੀਆਂ ਨੇ, ਉਹਨਾਂ ਨੇ ਖਾਰਜ ਕਰਾ ਦਿੱਤੀਆਂ। ਥਾਣੇਦਾਰ ਨੇ 2 ਲੱਖ ਰੁਪਈਆ ਲੈ ਤੇ ਅਤੇ ਸਾਡੀ ਗੱਲ ਨਹੀਂ ਸੁਣੀ। ਹਾਂਜੀ, ਇਹ ਬਿਲਕੁਲ ਗਰੀਬ ਆਦਮੀ ਹਨ, ਇਹਨਾਂ ਨੂੰ ਬੜੀ ਜ਼ਿਆਦਤੀ ਜ਼ਿਆਦਾ ਹੋਈ ਹੈ ਜੀ। ਅਸੀਂ ਇਹਨਾਂ ਨਾਲ ਥਾਣੇ ਵੀ ਗਏ, ਥਾਣੇ ਸਾਡੀ ਕਿਸੇ ਨੇ ਸੁਣੀ। ਮਿਹਰਬਾਨੀ ਕੀਤੀ ਜਾਵੇ, DPO ਸਾਹਿਬ ਸਾਨੂੰ ਇਨਸਾਫ ਦਿੱਤਾ ਜਾਵੇ। ਇਹਨਾਂ ਨੇ ਬਹੁਤ ਜ਼ਿਆਦਾ ਇਹਦੀ ਇੱਜ਼ਤ ਨੂੰ ਰਾਮੀ ਨੇ ਲੁੱਟੀ ਹੈ। ਥਾਣੇ ਅਸੀਂ ਦਰਖਾਸ਼ਤਾਂ ਦਿੱਤੀਆਂ ਨੇ, ਉਹਨਾਂ ਨੇ ਖਾਰਜ ਕਰਾ ਦਿੱਤੀਆਂ। ਥਾਣੇਦਾਰ ਨੇ 2 ਲੱਖ ਰੁਪਈਆ ਲੈ ਤੇ ਅਤੇ ਸਾਡੀ ਗੱਲ ਨਹੀਂ ਸੁਣੀ। ਕੋਟ ਦੀ ਰਹਿਸ਼ੀ ਹਾਂ, ਮੇਰੇ ਘਰ 'ਚ ਇਕੱਲੀ ਸਾਂ, ਮੈਂ ਨੂਰਾ ਮੰਦਾਇਆ, ਉਹਨੇ ਮੇਰੀ ਇੱਜ਼ਤ ਲੁੱਟੀ ਹੈ। ਨਾਂ ਮੇਰਾ ਰਾਜ ਬੀਬੀ ਹੈ।